ਅਸੀਂ ਵੀਰ ਸਾਡੀਆਂ ਅਸੀਂ ਦੋ ਮਾਰ ਵਾਲੇ ਆ ਸਾਡੀ ਡਬਲ ਮਾਰ ਹੋਈ ਹੈ ਸਾਡੇ 19 ਚ ਵੀ ਗੜੇਮਾਰੀ ਹੋਈ ਸੀ ਤੇ ਇੱਕੋ ਟਾਈਮ ਇੱਕੋ ਵਕਤ ਇੱਕੋ ਫਸਲ ਤੇ ਸਾਡੀ ਗੜੇਮਾਰੀ ਹੋਈ ਤਲਵੰਡੀ ਸਾਹਿਬ ਉਹਨੂੰ ਤਾਂ 12000 ਮਿਲਿਆ ਕਿੱਲੇ ਦਾ ਸਾਰੇ ਪਿੰਡਾਂ ਨੂੰ ਜਿੰਨੇ ਪਿੰਡਾਂ ਦੀ ਮਾਰ ਹੋਈ ਜਿਹੜੀ ਸਰਦੂਲਗੜ੍ਹ ਦਾ ਹਲਕੇ ਦਾ ਇਹ ਪਿੰਡ ਸੀਗੇ ਜਿਵੇਂ ਰਾਪੁਰ ਹੈ ਟਾਂਡੀਆਂ ਪੇਰੋਂ ਬਾਜੇ ਵਾਲਾ ਭੰਮੇ ਵੀਰੇ ਵਾਲੇ ਦਾ ਕੁਛ ਹਿੱਸਾ ਇਹ ਇੱਥੇ ਸਾਡੇ ਨਾਲ ਗਰਦਾਵਰੀ ਵੀ ਕਰਾਈ ਗਈ ਚੋਖੇ ਵਾਅਦੇ ਵੀ ਹੋਏ ਸਿਆਸੀ ਲੀਡਰਾਂ ਵੰਡੀਆਂ ਵੀ ਹੋਏ ਅਸੀਂ ਧਰਨੇ ਵੀ ਲਾਏ ਸਾਨੂੰ ਮੋੜ ਦਿੱਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸਾਨੂੰ ਮੋੜਿਆ ਵੀ ਤੁਹਾਨੂੰ ਮੁਆਵਜ਼ਾ ਤੁਹਾਡੀ ਗਰਦਾਵਰੀ ਹੋ ਜੂਗੀ ਗਰਦਾਵਰੀ ਦੇ ਹਿਸਾਬ ਨਾਲ ਪਰ ਤਲਵੰਡੀ ਸਾਬੋ ਏਰੀਏ ਨੂੰ 3 ਮਹੀਨਿਆਂ ਬਾਅਦ ਪੈਸੇ ਮਿਲ ਗਏ ਸਰਦੂਲਗੜ੍ਹ ਹਲਕੇ ਨੂੰ ਦੁੱਕੀ ਨਹੀਂ ਮਿਲੀ ਤੇ ਹੁਣ ਦੁਬਾਰੇ ਫਿਰ ਅਸੀਂ ਮਤਲਬ ਕਿ ਜਿਹੜੀ ਗੁਲਾਬੀ ਸੁੰਡੀ ਦੇ ਕਾਰਨ ਸਾਡਾ ਨਰਮ ਹੋਇਆ ਉਸ ਮੁਆਵਜ਼ੇ ਲਈ ਫਿਰ ਅਸੀਂ ਇੱਥੇ ਆਏ ਹਾਂ ਸਾਨੂੰ ਸਾਡੀ ਦੂਰੀ ਮਾਰ ਰਹੇ ਸਾਡਾ 29000 ਰੁਪਇਆ ਸਰਕਾਰ ਨਹੀਂ ਬਣਦਾ 12000 ਸਾਡਾ ਇੱਕ ਤੌੜੀ ਵਿੱਚ ਸਰਕਾਰ ਦੋ ਰੱਖਣੇ ਕਿਉਂ ਕਰ ਰਹੀ ਹੈ ਜੇ ਤਲਵੰਡੀ ਸਾਬੋ ਨੂੰ ਮੁਆਵਜ਼ਾ ਮਿਲ ਸਕਦਾ ਤਾਂ ਸਰਦੂਲਗੜ੍ਹ ਏਰੀਏ ਦੇ ਪਿੰਡਾਂ ਨੂੰ ਕਿਉਂ ਨਹੀਂ ਇਹ ਸਰਕਾਰ ਨੇ ਜਾਂ ਉਹ ਖਾਦੇ ਗਏ ਪੈਸੇ ਜਾਂ ਸਾਡੇ ਕੋਈ ਲੀਡਰ ਖਾ ਗਿਆ ਜਾਂ ਸਰਕਾਰ ਨੇ ਸਾਡੇ ਨਾਲ ਦਿੱਤੀ ਨਹੀਂ ਜਾਂ ਸਰ ਇਹ ਕੀ ਹੈ ਅਸੀਂ ਇਹਦਾ ਪੁੱਛਣਾ ਚਾਹੁੰਦੇ ਹਾਂ ਵੀ ਸਾਡੇ ਨਾਲ ਇਹ ਦਰਿਆਤ ਕਿਉਂ ਹੋਈ ਦੋ ਰੱਖਣੇ ਕਿਉਂ ਰੱਖੇ ਗਏ ਜੋ ਅਸੀਂ ਸਰਕਾਰ ਤੋਂ ਝੰਡੇ ਤੇ ਡੰਡੇ ਦੇ ਨਾਲ ਮਾਜਵਾ ਪਵਾਏਗਾ ਜੋ ਸਾਡੇ ਗੁਲਾਬੀ ਸੁੰਡੀ ਨੇ ਨਰਮਾ ਤਬਾਹ ਕੀਤਾ ਉਹਦਾ ਅਸੀਂ ਮਾਜਵਾ ਲੜ ਕੇ ਪਵਾਇਆ ਉਹ ਮਾਜਵਾ ਕੁਝ ਤਾਂ ਪਾਤਾ ਕੁਝ ਅਜੇ ਕਿਸਾਨਾਂ ਦਾ ਜਿਨ੍ਹਾਂ ਦਾ ਪਿੰਡਾਂ ਦੀ ਮਾਜਵਾ ਪਿਆ ਉਹ ਅਸੀਂ ਮੰਗ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਮਾਜਵਾ ਪਾਇਆ ਜਾਵੇ ਜੋ ਇਹ ਮਹਿਕਮਾ ਹੈਗਾ ਜਿਨ੍ਹਾਂ ਨੇ ਸਾਨੂੰ ਮਾਜਵਾ ਪਾਉਣਾ ਸੀ ਜਿਨ੍ਹਾਂ ਦੇ ਅਕਾਊਂਟਾਂ ਦੇ ਵਿੱਚ ਇਹ ਸਾਡਾ ਪੈਸਾ ਆਇਆ ਸੀ ਸਰਕਾਰ ਵੱਲੋਂ ਇਹਨਾਂ ਨੇ ਬਹੁਤ ਵਿਆਜ ਖਾ ਲਿਆ ਹੁਣ ਗਾਹਾਂ ਇਹ ਵਿਆਜ ਖਾਣ ਦਾ ਜ਼ਿਆਦਾ ਨਾ ਸੋਚਣ ਤੇ ਹੁਣ ਸਾਨੂੰ ਇਹ ਮਾਜਵਾ ਪਾ ਕੇ ਸਾਨੂੰ ਕਿਸਾਨਾਂ ਜਿਹੜੋ ਇਹ ਧਰਨੇ ਲੱਗੇ ਨੇ ਇਹ ਸਾਨੂੰ ਘਰਾਂ ਦੇ ਵਿੱਚ ਬੈਠਣ ਦੇਣ ਤੇ ਸਾਨੂੰ ਸੜਕਾਂ ਤੇ ਨਾ ਰੋਲਣ ਤਹਿਸੀਲਦਾਰ ਨੂੰ ਚੇਤਾਵਨੀ ਹੈ ਸਾਡਾ 4 ਪਿੰਡਾਂ ਦਾ ਬੱਸ ਦਾ ਮਸਲਾ ਹੈ ਪਹਿਲਾ ਪਿੰਡ ਘੁੱਦੂ ਵਾਲਾ ਦੂਜਾ ਪਿੰਡ ਭਲਾਈ ਕੇ ਤੀਜਾ ਪਿੰਡ ਦਸੌਂਦੀਆ ਤੇ ਚੌਥਾ ਪਿੰਡ ਰਾਮਾਨੰਦੀ ਉੱਥੇ ਪਿੱਛੇ ਜਦੋਂ ਕੋਰੋਨਾ ਦੀ ਲਹਿਰ ਚੱਲੀ ਸੀ ਉਦੋਂ ਉਹ ਪਤਾ ਨਹੀਂ ਕਿਵੇਂ ਕਰਕੇ ਉਹ ਬੱਸ ਇਹਨਾਂ ਨੇ ਬੰਦ ਕੀਤੀ ਗਈ ਹੈ ਬੱਸ ਮੁੜ ਕੇ ਉਹ ਬੱਸ ਨਹੀਂ ਚੱਲੀ ਉਦੋਂ ਬਾਅਦ ਹੁਣ ਸਾਨੂੰ ਬੱਸ ਦੀ ਬਹੁਤ ਦਿੱਕਤ ਹੈਗੀ ਅਸੀਂ ਉਹ ਅਰਜ਼ੀਆਂ ਦੇ ਚੁੱਕੇ ਹਾਂਗੇ SDM ਨੂੰ ਤੇ ਉਹਦੇ ਸਾਡੇ ਇੱਥੇ ਆਪਣਾ ਝਨੀਰ ਕਚਹਿਰੀਆਂ ਦੇ ਵਿੱਚ ਵੀ ਇਹ ਫੜ ਕੇ ਲਿਆਇਆ ਗਾ ਤਹਿਸੀਲਦਾਰ ਸਾਡਾ ਮੰਗ ਪੱਤਰ ਅਸੀਂ ਦਿੱਤਾ ਹੈ ਉਹਦੇ ਵੀ ਹਜੇ ਕੋਈ ਗੌਰ ਨਹੀਂ ਹੋਈ ਉਹਦੇ ਵੀ ਇਹਨਾਂ ਨੂੰ ਗੌਰ ਕਰਨ ਦੀ ਲੋੜ ਹੈ ਅਸੀਂ ਨਰਮੇ ਦੇ ਮਾਮਲੇ ਲਈ ਇਕੱਲਾ ਹੁਣ ਵੀ ਨਹੀਂ ਸੰਘਰਸ਼ ਪਹਿਲਾਂ ਵੀ 1.25 ਮਹੀਨਾ ਅਸੀਂ ਅੰਦੋਲਨ ਲੜ ਕੇ ਪੰਜਾਬ ਸਰਕਾਰ ਦੇ ਖਿਲਾਫ 12000 ਤੋਂ 17000 ਰੁਪਇਆ ਮੁਆਵਜ਼ਾ ਕਰਵਾਇਆ ਐਲਾਨ ਕਰਵਾਇਆ ਸੀ ਜਿਹੜਾ 10% ਵੱਖਰਾ ਖੇਤ ਮਜ਼ਦੂਰਾਂ ਨੂੰ ਨਰਮਾ ਚੁਗੜਾਇਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਵਾਇਆ ਸਰਕਾਰ ਨੇ ਪਰ ਮਾਨਸਾ ਜ਼ਿਲ੍ਹੇ ਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪਤਾ ਨਹੀਂ ਕਿਉਂ ਕਿਸਾਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਮੁਆਵਜ਼ਾ ਬਿਲਕੁਲ ਨਹੀਂ ਦਿੱਤਾ ਬਹੁਤ ਸਾਰੇ ਪਿੰਡ ਇਹੋ ਜਿਹੇ ਜਿੱਥੇ ਅੱਧ ਚੱਧ ਮੁਆਵਜ਼ਾ ਦਿੱਤਾ ਬਾਕੀ ਰਹਿੰਦਾ ਹੈ ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਪੂਰੇ ਜ਼ਿਲ੍ਹੇ ਵਿੱਚੋਂ ਕਿਸੇ ਵੀ ਪਰਿਵਾਰ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਸੋ ਅੱਜ ਅਸੀਂ ਕੱਲ੍ਹ ਵੀ ਜਾਮ ਲਾਇਆ ਸੀ ਅੱਜ ਵੀ ਜਿਹੜਾ ਭਾਖੜਾ ਦੇ ਪੋਰਟ ਤੇ ਜਾਮ ਲਾਇਆ ਸਾਡੀ ਮੰਗ ਹੈ ਕਿ ਜਿਹੜੇ ਪੈਸੇ ਆ ਗਏ ਉਹ ਤੁਰੰਤ ਜਿਹੜੇ ਕਿਸਾਨਾਂ ਨੂੰ ਪਾਏ ਜਾਣ ਖਾਤਿਆਂ 'ਚ ਇਹ ਮਜ਼ਦੂਰਾਂ ਦਾ ਜਿਹੜਾ ਬਣਦਾ ਹੱਕ ਹੈ ਉਹ ਦਿੱਤਾ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਇੱਥੋਂ ਕੋਈ ਵੀ ਜਿਹੜਾ ਸਿਵਲ ਅਧਿਕਾਰੀ ਹੈ ਅਜੇ ਤੱਕ ਸਾਡੀ ਕੋਈ ਗੱਲ ਸੁਣ ਨਹੀਂ ਆਇਆ ਮਜਬੂਰ ਹੋ ਕੇ ਜਿਹੜਾ ਸੜਕ ਰੋਕਣਾ ਪਿਆ ਜੇ ਇਹ ਜਿੰਨਾ ਚਿਰ ਬਣਦਾ ਮੁਆਵਜ਼ਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤੇ 'ਚ ਪਾਉਂਦੇ ਨਹੀਂ ਉਹਨਾਂ ਚਿਰ ਜਿਹੜਾ ਇਸ ਤਰ੍ਹਾਂ ਦਾ ਅੰਦੋਲਨ ਹੈ ਜਾਰੀ ਰਹੂਗਾ ਆਪਣੀ ਗੱਲ ਸੁਣੀ ਸੀ ਤਾਂ ਉਸ ਤੋਂ ਬਾਅਦ ਇਹਨਾਂ ਦਾ ਪਿੰਡਾਂ ਦੇ ਵਿੱਚ ਬਣਦਾ ਤਾਂ ਭਰਾਓ ਜਦੋਂ ਆਪਾਂ ਬਾਦਲ ਤੋਂ ਮੋਰਚਾ ਚੁੱਕਿਆ ਆਪਣੀ ਜਥੇਬੰਦੀ ਨੇ ਤਾਂ ਉਸਦੇ ਦਰਮਿਆਨ ਸਰਦੂਲਗੜ੍ਹ ਬਲਾਕ ਦੇ ਵਿੱਚ ਵਿਕਰਮ ਉੱਪਰ 3 ਪਿੰਡਾਂ ਦੇ ਵਿੱਚ ਸਿੰਘ ਵਾਲੀ ਤੇ ਮੀਰਪੁਰ ਖੁਰਦ ਉਹਦਾ ਨੀਂਹ ਪੱਥਰ ਰੱਖਣੇ ਯਾਦ ਆ ਗਏ ਇਹਨਾਂ ਦੇ ਕਹਿੰਦੇ ਅਸੀਂ ਨੀਂਹ ਪੱਥਰ ਰੱਖਣੇ ਹੈ ਕੱਲ ਸਰਕਾਰ ਸੀ ਉਦੋਂ ਤੁਸੀਂ ਵਿਕਾਸ ਕਰਨ ਵਾਲੇ ਕਿੱਥੇ ਗਏ ਸੀਗੇ ਤਾਂ ਉਸ ਤੋਂ ਬਾਅਦ ਫਿਰ ਆਪਣੀ ਮੀਟਿੰਗ ਸੱਦੀ ਸੀ
ਚੰਨੀ ਨੇ ਆਪਣੀ ਜਥੇਬੰਦੀ ਹੋਰ ਵੀ ਆਪਣੇ ਮੰਤਰੀ ਤੋਂ ਬਾਦਲ ਨਹੀਂ ਘੇਰਿਆ ਸੀ ਬਠਿੰਡੇ ਦੇ ਵਿੱਚ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਕਾਂਗਰਸੀ ਲੀਡਰਾਂ ਨੂੰ ਘੇਰਿਆ ਸੀਗਾ ਤਾਂ ਜਾ ਕੇ ਇਹ ਮਤਲਬ ਇਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਵੀ ਸਾਨੂੰ ਲਮਕਾਇਆ ਜਾਂਦਾ ਐਸ ਡੀ ਐਮ ਆਪਾਂ ਪਿਛਲੇ ਦਿਨੀ ਧਰਨਾ ਲਾਇਆ ਸੀ ਉਸ ਤੋਂ ਪਹਿਲਾਂ ਕਿਤੇ ਇੱਕ ਪੈਸਾ ਨਹੀਂ ਸਿੰਘ ਵਾਲੀ ਤੇ ਮੀਰਪੁਰ ਖੁਰਦ ਦਾ ਉਹਦਾ ਨੀਂਹ ਪੱਤੇ ਰੱਖਣੇ ਯਾਦ ਆ ਗਏ ਇਹਨਾਂ ਦੇ ਕਹਿੰਦੇ ਅਸੀਂ ਨੀਂਹ ਪੱਤੇ ਰੱਖਣੇ ਹੈ ਸੀ ਉਸ ਦਫ਼ਤਰ ਤੋਂ ਤਾਂ ਉੱਥੇ ਵੀ ਨਹੀਂ ਇਹਨਾਂ ਨੇ ਆਪਣੀ ਗੱਲ ਸੁਣੀ ਸੀ ਤਾਂ ਉਸ ਤੋਂ ਬਾਅਦ ਇਹਨਾਂ ਦਾ ਪਿੰਡਾਂ ਦੇ ਵਿੱਚ ਮਾਰਨ ਦਾ ਤਾਂ ਭਰਾਵੋ ਜਦੋਂ ਆਪਾਂ ਬਾਦਲ ਤੋਂ ਮੋਰਚਾ ਚੁੱਕਿਆ ਆਪਣੀ ਜਥੇਬੰਦੀ ਨੇ